ਇੱਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਮਹਿੰਗੇ ਘਰ ਤੇ ਕਰਜ਼ਾ ਕੈਨੇਡੀਅਨ ਲੋਕਾਂ ਲਈ ਮੁਸ਼ਕਲਾਂ ਦਾ ਸਬਬ ਬਣ ਰਿਹਾ ਹੈ। ਇਹ ਗੱਲ ਅਸੀਂ ਸੁਣੀ ਸੁਣਾਈ ਜ ਆਪਣੇ ਕੋਲੋਂ ਨਹੀਂ ਕਹਿ ਰਹੇ। ਇਹਨਾਂ ਨੂੰ ਨਵੇਂ ਸਰਵੇਖਣ ਦੱਸ ਰਹੇ ਨੇ। ਮੌਜੂਦਾ ਸਮੇਂ 'ਚ ਅਜਿਹੇ ਕੈਨੇਡੀਅਨ ਲੋਕਾਂ ਦੀ ਗਿਣਤੀ ਕਾਫੀ ਵੱਧ ਗਈ ਹੈ। ਜਿਨ੍ਹਾਂ ਲਈ ਘਰ ਦੀ ਕਿਸ਼ਤ ਸਿਰਦਰਦੀ ਬਣ ਚੁੱਕੀ ਹੈ। ਇਹ ਵੇਖਣ ਵਿੱਚ ਆ ਰਿਹਾ ਹੈ ਕਿ ਮਾਰਗੇਜ ਕੰਟਰੈਕਟ ਨਵਿਆਉਣ ਵੇਲੇ ਬਹੁਤ ਸਾਰੇ ਘਰਾਂ ਦੀ ਕਿਸ਼ਤ ਵੱਧ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਇਸ ਨੂੰ ਦੇਣ ਵਿੱਚ ਔਖਾਈ ਮਹਿਸੂਸ ਕਰ ਰਹੇ ਨੇ। ਕੀਤੇ ਗਏ ਸਰਵੇਖਣ ਚ ਪਤਾ ਲੱਗਦਾ ਹੈ ਕਿ ਮਾਰਗੇਜ ਲੈਣ ਵਾਲੇ 15% ਲੋਕਾਂ ਨੂੰ ਘਰ ਦੀ ਉੱਚੀ ਕਿਸ਼ਤ ਬਹੁਤ ਔਖੀ ਲੱਗ ਰਹੀ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਸਿਰਫ 11 ਤੇ ਮਾਰਚ ਵਿੱਚ 8% ਸੀ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਬੈਂਕ ਆਫ ਕੈਨੇਡਾ ਵਾਲੇ ਵਿਆਜ ਦਰ ਨੂੰ 5% ਤੇ ਸਥਿਰ ਰੱਖਣਗੇ ਪਰ ਫਿਰ ਵੀ 79% ਸਰਵੇਖਣ ਵਿੱਚ ਭਾਗ ਲੈਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਮਾਰਗੇਜ ਕੰਟਰੈਕਟ ਰੀਨਿਊ ਕਰਨ ਵੇਲੇ ਉਹਨਾਂ ਦੀ ਕਿਸ਼ਤ ਵਧ ਜਾਵੇਗੀ। ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਦੀ ਕਿਸ਼ਤ ਇਸ ਵੇਲੇ ਘਟ ਹੈ, ਭਾਵ ਕਿ ਕਿਸ਼ਤ ਸੌਖੀ ਦੇ ਰਹੇ ਨੇ, ਉਹਨਾਂ ਨੂੰ ਵੀ ਇਹ ਫਿਕਰ ਸਤਾ ਰਿਹਾ ਹੈ ਕਿ ਉਹਨਾਂ ਦੀ ਕਿਸ਼ਤ ਨਵੇਂ ਕੰਟਰੈਕਟ ਵੇਲੇ ਵਧ ਜਾਣੀ ਹੈ। ਸਰਵੇਖਣ 'ਚ ਭਾਗ ਲੈਣ ਵਾਲੇ ਅੱਧੇ ਤੋਂ ਵੱਧ ਲੋਕਾਂ ਦਾ ਮੰਨਣਾ ਸੀ ਕਿ ਪਿਛਲੇ ਸਾਲ ਨਾਲੋਂ ਉਹ ਇਸ ਸਾਲ ਮਾੜੀ ਵਿੱਤੀ ਸਥਿਤੀ ਵਿੱਚ ਨੇ, ਜਦਕਿ 35% ਨੇ ਮੰਨਿਆ ਕਿ ਅਗਲੇ ਸਾਲ ਉਹਨਾਂ ਦੀ ਵਿੱਤੀ ਹਾਲਤ ਹੋਰ ਵੀ ਮਾੜੀ ਹੋ ਜਾਣੀ ਹੈ ਤੁਸੀਂ ਸੁਣ ਰਹੇ ਹੋ ਰੇਡੀਓ ਸਰਸੰਗਮ ਤੇ ਇਹ ਖਬਰ ਆਪ ਕੀ ਨਾਲ ਮਨਾਰਕ ਇੰਸ਼ੋਰੈਂਸ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਇੱਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਮਹਿੰਗੇ ਘਰ ਤੇ ਕਰਜ਼ਾ ਕੈਨੇਡੀਅਨ ਲੋਕਾਂ ਲਈ ਮੁਸ਼ਕਲਾਂ ਦਾ ਸਬਬ ਬਣ ਰਿਹਾ ਹੈ ਇਹ ਗੱਲ ਅਸੀਂ ਸੁਣੀ ਸੁਣਾਈ ਜ ਆਪਣੇ ਕੋਲੋਂ ਨਹੀਂ ਕਹਿ ਰਹੇ ਇਹਨਾਂ ਨੂੰ ਨਵੇਂ ਸਰਵੇਖਣ ਦੱਸ ਰਹੇ ਨੇ ਮੌਜੂਦਾ ਸਮੇਂ 'ਚ ਅਜਿਹੇ ਕੈਨੇਡੀਅਨ ਲੋਕਾਂ ਦੀ ਗਿਣਤੀ ਕਾਫੀ ਵੱਧ ਗਈ ਹੈ ਜਿਨ੍ਹਾਂ ਲਈ ਘਰ ਦੀ ਕਿਸ਼ਤ ਸਿਰਦਰਦੀ ਬਣ ਚੁੱਕੀ ਹੈ ਇਹ ਵੇਖਣ ਵਿੱਚ ਆ ਰਿਹਾ ਹੈ ਕਿ ਮਾਰਗੇਜ ਕੰਟਰੈਕਟ ਨਵਿਆਉਣ ਵੇਲੇ ਬਹੁਤ ਸਾਰੇ ਘਰਾਂ ਦੀ ਕਿਸ਼ਤ ਵੱਧ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਇਸ ਨੂੰ ਦੇਣ ਵਿੱਚ ਔਖਾਈ ਮਹਿਸੂਸ ਕਰ ਰਹੇ ਨੇ ਕੀਤੇ ਗਏ ਸਰਵੇਖਣ 'ਚ ਪਤਾ ਲੱਗਦਾ ਹੈ ਕਿ ਮਾਰਗੇਜ ਲੈਣ ਵਾਲੇ 15% ਲੋਕਾਂ ਨੂੰ ਘਰ ਦੀ ਉੱਚੀ ਕਿਸ਼ਤ ਬਹੁਤ ਔਖੀ ਲੱਗ ਰਹੀ ਹੈ ਇਸ ਤੋਂ ਪਹਿਲਾਂ ਜੂਨ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਸਿਰਫ 11 ਤੇ ਮਾਰਚ ਵਿੱਚ 8% ਦੀ ਸੀ ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਬੈਂਕ ਆਫ ਕੈਨੇਡਾ ਵਾਲੇ ਵਿਆਜ ਦਰ ਨੂੰ 5% ਤੇ ਸਥਿਰ ਰੱਖਣਗੇ ਪਰ ਫਿਰ ਵੀ 79% ਸਰਵੇਖਣ ਵਿੱਚ ਭਾਗ ਲੈਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਮਾਰਗੇਜ ਕੰਟਰੈਕਟ ਰੀਨਿਊ ਕਰਨ ਵੇਲੇ ਉਹਨਾਂ ਦੀ ਕਿਸ਼ਤ ਵਧ ਜਾਵੇਗੀ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਦੀ ਕਿਸ਼ਤ ਇਸ ਵੇਲੇ ਘਟ ਹੈ ਭਾਵ ਕਿ ਕਿਸ਼ਤ ਸੌਖੀ ਦੇ ਰਹੇ ਨੇ ਉਹਨਾਂ ਨੂੰ ਵੀ ਇਹ ਫਿਕਰ ਸਤਾ ਰਿਹਾ ਹੈ ਕਿ ਉਹਨਾਂ ਦੀ ਕਿਸ਼ਤ ਨਵੇਂ ਕੰਟਰੈਕਟ ਵੇਲੇ ਵੱਧ ਜਾਣੀ ਹੈ। ਸਰਵੇਖਣ 'ਚ ਭਾਗ ਲੈਣ ਵਾਲੇ ਅੱਧੇ ਤੋਂ ਵੱਧ ਲੋਕਾਂ ਦਾ ਮੰਨਣਾ ਸੀ ਕਿ ਪਿਛਲੇ ਸਾਲ ਨਾਲੋਂ ਉਹ ਇਸ ਸਾਲ ਮਾੜੀ ਵਿੱਤੀ ਸਥਿਤੀ ਵਿੱਚ ਨੇ ਜਦਕਿ 35% ਨੇ ਮੰਨਿਆ ਕਿ ਅਗਲੇ ਸਾਲ ਉਹਨਾਂ ਦੀ ਵਿੱਤੀ ਹਾਲਤ ਹੋਰ ਵੀ ਮਾੜੀ ਹੋ ਜਾਣੀ ਹੈ। ਤੁਸੀਂ ਸੁਣ ਰਹੇ ਹੋ ਰੇਡੀਓ ਸਰਸੰਗਮ ਤੇ ਇਹ ਖਬਰ ਆਪ ਕੀ ਨਾਲ ਮਨਾਰਕ ਇੰਸ਼ੋਰੈਂਸ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ।